ਕਰਨ ਦਾ ਕੋਈ ਤਰੀਕਾ ਲੱਭ ਲਿਆ ਹੈ? ਇੱਕ ਨਵੀਂ ਦਵਾਈ ਨੇ ਲੈਬ ਦੇ ਜਾਨਵਰਾਂ ਦੀ ਉਮਰ ਲਗਭਗ 25% ਵਧਾ ਦਿੱਤੀ ਹੈ। ਖੋਜਕਾਰਾਂ ਨੂੰ ਉਮੀਦ ਹੈ ਕਿ ਇਹ ਮਨੁੱਖਾਂ ਵਿੱਚ ਵੀ ਬੁਢਾਪੇ ਦੀ ਪ੍ਰਕਿਰਿਆ ਨੂੰ ਹੌਲੀ ਕਰ ਸਕਦੀ ਹੈ। ਚੂਹਿਆਂ ਨੂੰ ਉਹਨਾਂ ਦੀ ਜਵਾਨ ਦਿੱਖ ਕਾਰਨ ਸੁਪਰ ਮਾਡਲ ਗ੍ਰੈਨੀਜ਼ ਕਿਹਾ ਜਾਂਦਾ ਸੀ। ਖੋਜਕਾਰਾਂ ਨੇ 2 ਪ੍ਰਯੋਗ ਕੀਤੇ। ਪਹਿਲੇ ਵਿੱਚ ਜੈਨੇਟਿਕ ਤੌਰ 'ਤੇ ਸੋਧੇ ਹੋਏ ਚੂਹੇ ਤਿਆਰ ਕੀਤੇ ਗਏ ਜਿਨ੍ਹਾਂ ਵਿੱਚ ਇੰਟਰਲਿਊਕਿਨ 11 ਪ੍ਰੋਟੀਨ ਪੈਦਾ ਹੀ ਨਹੀਂ ਹੁੰਦਾ। ਦੂਜੇ ਵਿੱਚ ਉਹਨਾਂ ਨੇ ਚੂਹਿਆਂ ਦੇ 75 ਹਫ਼ਤਿਆਂ ਦੇ ਹੋ ਜਾਣ ਦੀ ਉਡੀਕ ਕੀਤੀ ਅਤੇ ਫਿਰ ਉਹਨਾਂ ਨੂੰ ਦਵਾਈ ਦਿੱਤੀ ਗਈ। ਨਿਯਮਿਤ ਰੂਪ ਵਿੱਚ ਇੰਟਰਲਿਊਕਿਨ 11 ਪ੍ਰੋਟੀਨ ਨੂੰ ਨਸ਼ਟ ਕਰਨ ਵਾਲੀ ਦਵਾਈ ਦਿੱਤੀ ਗਈ। ਮੰਨਿਆ ਜਾ ਰਿਹਾ ਹੈ ਕਿ ਇੰਟਰਲਿਊਕਿਨ 11 ਪ੍ਰੋਟੀਨ ਬੁਢਾਪੇ ਨੂੰ ਵਧਾ ਰਿਹਾ ਹੈ। ਇਸ ਦੀ ਘਾਟ ਵਾਲੇ ਚੂਹੇ ਸਿਹਤਮੰਦ, ਮਜ਼ਬੂਤ ਅਤੇ ਇੱਥੋਂ ਤੱਕ ਕਿ ਉਹਨਾਂ ਦੇ ਵਿੱਚ ਲਾ ਇਲਾਜ ਕੈਂਸਰ ਵੀ ਦੂਜਿਆਂ ਦੇ ਮੁਕਾਬਲੇ ਘੱਟ ਵਿਕਸਿਤ ਹੋਇਆ। ਇਸ ਦਵਾਈ ਦਾ ਹੁਣ ਲੋਕਾਂ 'ਤੇ ਟੈਸਟ ਕੀਤਾ ਜਾ ਰਿਹਾ ਹੈ ਅਤੇ ਫੇਫੜਿਆਂ ਦੇ ਫਾਈਬਰੋਸਿਸ ਵਾਲੇ ਮਰੀਜ਼ਾਂ ਲਈ ਅਜਮਾਇਸ਼ਾਂ ਵਿੱਚ ਵਰਤਿਆ ਜਾ ਰਿਹਾ ਹੈ, ਕਿਉਂਕਿ ਫੇਫੜਿਆਂ ਦੇ ਫਾਈਬਰੋਸਿਸ ਦੀ ਸਥਿਤੀ ਵਿੱਚ ਮਰੀਜ਼ਾਂ ਲਈ ਸਾਹ ਲੈਣਾ ਮੁਸ਼ਕਿਲ ਹੋ ਜਾਂਦਾ ਹੈ। ਪਰ ਅਸੀਂ ਅਜੇ ਨਹੀਂ ਜਾਣਦੇ ਹਾਂ ਕਿ ਇਸਦਾ ਉਹੀ ਐਂਟੀ ਏਜਿੰਗ ਪ੍ਰਭਾਵ ਹੋਵੇਗਾ ਜਾਂ ਨਹੀਂ। ਇਹ ਦਵਾਈ ਬੁਢਾਪੇ ਨੂੰ ਘੱਟ ਕਰਨ ਲਈ ਇੱਕ ਸਿਰਫ ਨਵੀਨਤਮ ਪਹੁੰਚ ਹੈ। 2 ਹੋਰ ਦਵਾਈਆਂ ਜਿਵੇਂ ਮੈਟਫੋਰਮਿਨ ਅਤੇ ਰੈਪਾਮਾਈਸਿਨ ਦਾ ਪਹਿਲਾਂ ਤੋਂ ਹੀ ਬੁਢਾਪਾ ਵਿਰੋਧੀ ਗੁਣਾਂ ਲਈ ਅਧਿਐਨ ਕੀਤਾ ਜਾ